ਗਰੋਟਾ ਬਲਾਕ ਦੇ 91 ਪਿੰਡਾਂ ਦੇ ਆਪਣੇ ਸਾਥੀਆਂ ਨੂੰ ਬੁਲਾਇਆ, ਪੰਚਾਇਤਾਂ ਨੂੰ ਬੁਲਾਇਆ, ਪਿੰਡਾਂ ਦੇ ਜਿਹੜੇ ਸਾਡੇ ਮੋਹਤਵਰ ਸਾਥੀ ਨੂੰ ਬੁਲਾਇਆ, ਔਰ ਜਿਹੜੇ ਵੀ ਸਵਾਲ ਨੇ ਪਿੰਡਾਂ ਦੇ ਮੇਰੇ ਨਾਲ ਸਮੁੱਚਾ ਪੰਚਾਇਤੀ ਡਿਪਾਰਟਮੈਂਟ, ਬੀ ਡੀ ਓ ਸਾਹਿਬ ਔਰ ਐੱਸ ਡੀ ਓ ਵਾਟਰ ਸਪਲਾਈ, ਐੱਸ ਡੀ ਓ ਬਿਜਲੀ ਬੋਰਡ, ਮੰਡੀ ਬੋਰਡ ਦੇ ਅਧਿਕਾਰੀ, ਸੋ ਤਮਾਮ ਜਿਹੜੇ ਵੱਖ ਵੱਖ ਮਹਿਕਮੇ ਉਹਨਾਂ ਦੇ ਆਫੀਸਰ ਸਾਹਿਬਾਨ ਵੀ ਆਏ ਆ। ਸੋ ਜਿਹੜੇ ਜਿਹੜੇ ਵੀ ਸਵਾਲ ਸਾਨੂੰ ਪਿੱਛੋਂ ਫੀਡਬੈਕ ਮਿਲਦੀ ਹੈ, ਉਹਨਾਂ ਸਵਾਲਾਂ ਨੂੰ ਹੱਲ ਕਰਨ ਦੇ ਲਈ ਅੱਜ 91 ਪੰਚਾਇਤਾਂ ਦੇ ਅੰਦਰ ਜਿਹੜਾ ਉਹ ਇੱਥੇ ਉਹਨਾਂ ਦੀ ਮੀਟਿੰਗ ਕੀਤੀ ਹੈ, ਔਰ 8,27,00,000 ਰੁਪਈਆ ਜਿਹੜਾ ਪੰਚਾਇਤਾਂ ਦੇ ਅੰਦਰ ਖਰਚਿਆ ਜਾਣਾ, ਜਿਹਦੇ ਵਿੱਚ ਲਗਭਗ 50,00,000 ਰੁਪਈਆ ਸੋਲਰ ਲਾਈਟਾਂ ਲਈ ਹੈ। ਬਹੁਤ ਸਾਰੇ ਪਿੰਡਾਂ ਦੀਆਂ ਸੋਲਰ ਲਾਈਟਾਂ ਪਹਿਲਾਂ ਲੱਗ ਗਈਆਂ, ਜਿਸ ਤਰ੍ਹਾਂ ਮੈਂ ਪਹਿਲਾਂ ਨਰੋੜ ਜੈਮਲ ਸਿੰਘ ਬਲਾਕ ਦੀ ਮੀਟਿੰਗ ਕਰ ਲਈ ਹੈ, ਬਮਿਆਲ ਬਲਾਕ ਦੀ ਮੀਟਿੰਗ ਕਰ ਲਈ ਹੈ, ਸੁਜਾਨਪੁਰ ਬਲਾਕ ਦੇ ਅੰਦਰ ਜਿਹੜੇ ਸਾਡੇ ਪਿੰਡ ਪੈਂਦੇ ਉਹਨਾਂ ਦੀ ਮੀਟਿੰਗ ਕਰ ਲਈ ਹੈ। ਸੋ ਉਹ ਬਾਕੀ ਹੋ ਗਿਆ। ਸੋ ਅੱਜ 8,27,00,000 ਰੁਪਏ ਦੀ ਜਿਹੜੀ ਉਹ ਪਿੰਡਾਂ ਦੇ ਅੰਦਰ ਵੱਖ ਵੱਖ ਯੋਜਨਾਵਾਂ ਦੇ ਤਹਿਤ ਡਿਵੈਲਪਮੈਂਟ ਦੇ ਕੰਮਾਂ ਨੂੰ ਜਿਹੜਾ ਅੱਜ ਪਲਾਨ ਕੀਤਾ ਗਿਆ, ਜਿਹਦੇ ਵਿੱਚ ਬਹੁਤ ਸਾਰੇ ਪਿੰਡਾਂ 'ਚ ਪਾਣੀ ਦੇ ਨਿਕਾਸ ਦਾ ਸਵਾਲ ਹੈ, ਆਬਾਦੀ ਵੱਧ ਗਈ ਹੈ ਪਰ ਛੱਪੜ ਛੋਟੇ ਆ, ਕਿਸੇ ਪਿੰਡ 'ਚ ਹੈ ਨਹੀਂ ਹੈ। ਸੋ ਅੱਜ ਹਰ ਕੋਈ ਬੰਦਾ ਸਫਾਈ ਚਾਹੁੰਦਾ ਵੀ ਮੇਰੇ ਆਲੇ ਦੁਆਲੇ ਮੇਰੇ ਘਰ ਦੇ ਨੇੜੇ ਤੇੜੇ ਪਾਣੀ ਦਾ ਨਿਕਾਸ ਹੋਵੇ। ਸੋਲਰ ਲਾਈਟਾਂ ਦਾ ਸਵਾਲ ਹੈਗਾ, ਬਹੁਤ ਸਾਰੇ ਪਿੰਡਾਂ 'ਚ ਸੁਨਸਾਨ ਘਾਟ ਅਧੂਰੇ ਜੇ ਹੈ, ਕੋਈ ਉਹ ਰੈਨੋਵੇਟ ਨਹੀਂ ਹੋਏ ਆ, ਕੋਈ ਉੱਥੇ ਪ੍ਰੋਪਰ ਸਿਸਟਮ ਨਹੀਂ ਹੈ। ਸੋ ਕੁਝ ਪਿੰਡਾਂ ਦੇ ਅੰਦਰ ਜਿਹੜਾ ਮੈਂ ਸਮਝਦਾ ਵੀ ਪਾਣੀ ਦੀ ਸਮੱਸਿਆ ਵੀ ਹੈ, ਕੁਝ ਘਰਾਂ ਨੂੰ ਜਿਹੜੇ ਉਹ ਕਨੈਕਸ਼ਨ ਨਹੀਂ ਮਿਲੇ, ਮਤਲਬ ਹੈਗੇ ਆ। ਅੱਜ ਕੱਲ੍ਹ ਲੋਕ ਪਿੰਡਾਂ 'ਚੋਂ ਨਿਕਲ ਕੇ ਬਾਹਰ ਜਾ ਰਹੇ ਆ, ਰੋਡ ਦੇ ਉੱਤੇ ਆ ਰਹੇ ਆ। ਸੋ ਮਲਟੀ ਕਿਸਮ ਦੇ ਜਿਹੜੇ ਮਤਲਬ ਇਸ਼ੂ ਹੈ, ਲੋਕਾਂ ਦੀਆਂ ਜਿਹੜੀ ਡਿਮਾਂਡਾਂ ਨੇ, ਉਹ ਅਸੀਂ ਇਕੱਲੇ ਇਕੱਲੇ ਪਿੰਡ ਦੀ ਬਹਿ ਕੇ ਮਤਲਬ ਸੁਣਦੇ ਹਾਂ। ਸੋ ਅੱਜ ਵੀ ਬਹੁਤ ਸਾਰੇ ਪਿੰਡ, ਪਰਮਾਨੰਦ ਪਿੰਡ ਹੈ, ਡੱਲਾ ਬਲੀਮ ਹੈ, ਗਰੋਟਾ ਆ, ਜੰਗਲਾ ਆ, ਜਾਂ ਮਤਲਬ 91 ਪਿੰਡ ਟੋਟਲ ਜਿਹੜੇ ਇਸ ਬਲਾਕ ਦੇ ਗਰੋਟੇ ਦੇ, ਉਹਨਾਂ ਪਿੰਡਾਂ ਦੇ ਹਰ ਪਿੰਡ ਦੇ ਸਾਥੀਆਂ ਨੂੰ ਉਭਾਲ ਕੇ 5-5, 10-10 ਮਿੰਟ ਉਹਨਾਂ ਦੀ ਗੱਲ ਸੁਣ ਕੇ, ਫਿਰ ਉਹਨਾਂ ਦੇ ਜਿਹੜੇ ਆ ਜ਼ਰੂਰੀ ਕੰਮ ਨੇ, ਉਹਨਾਂ ਕੰਮਾਂ ਨੂੰ ਮਤਲਬ ਜਿਹੜਾ ਆ ਆਉਣ ਵਾਲੇ 2-3 ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹ ਕੰਮਕਾਰ ਸ਼ੁਰੂ ਹੋਣਗੇ। ਸੋ ਮੈਨੂੰ ਲੱਗਦਾ ਆ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਲੱਗਣਾ ਚਾਹੀਦਾ।